ਅਭਿਨੰਦਨ ਦੀ ਵਤਨ ਵਾਪਸੀ ਦੀ ਖੁਸ਼ੀ ਵਿੱਚ ਜਿੱਥੇ ਸਾਰਾ ਦੇਸ਼ ਆਪਣੇ ਆਪਣੇ ਤਰੀਕੇ ਨਾਲ ਖੁਸ਼ੀ ਜ਼ਾਹਿਰ ਕਰ ਰਿਹਾ ਹੈ, ਉੱਥੇ ਬਠਿੰਡਾ ਦੇ ਰੇਲਵੇ ਸਟੇਸ਼ਨ ਸਥਿਤ ਆਟੋ ਚਾਲਕਾਂ ਨੇ ਵੀ ਅਭਿਨੰਦਨ ਦੀ ਖੁਸ਼ੀ ਵਿੱਚ ਆਰਮੀ ਵਾਲਿਆਂ ਲਈ ਫ੍ਰੀ ਆਟੋ ਚਲਾਏ ਜੋ ਸਾਰਾ ਦਿਨ ਦੇਸ਼ ਦੇ ਜਵਾਨਾਂ ਲਈ ਫ੍ਰੀ ਸੇਵਾ ਕਰਨਗੇ। ਜਿਹਦੇ ਵਿੱਚ ਕਿ ਅਸੀਂ ਕੋਈ ਕੁਝ ਗੱਡੀਆਂ ਸਾਡੀ ਹੈਗੀਆਂ ਅਤੇ ਅਸੀਂ ਜਿਹੜਾ ਹੈਗਾ ਆ ਜਿਹੜਾ ਸਾਡਾ ਨਾਲ ਇਹ ਜਿਹਾ ਹਰਸਾ ਹੋਇਆ ਤਾਂ ਸਾਡਾ ਉੱਥੇ ਅਭਿਨੰਦਨ ਜੀ ਫੜੇ ਗਏ ਸੀ ਅਤੇ ਉਹ ਛੁੱਟ ਕੇ ਆ ਰਹੇ, ਉਹਦੀ ਖੁਸ਼ੀ ਦੇ ਵਿੱਚ ਅਸੀਂ 5-7 ਟੈਂਪੂ ਫ੍ਰੀ ਕੀਤੇ ਹੈ ਆਰਮੀ ਕੈਂਟ ਦੇ ਵਾਸਤੇ, ਉਹਨਾਂ ਦੀ ਸੇਵਾ ਲਈ ਅਸੀਂ ਵੀ ਕੁਛ ਮਾੜਾ ਮੋਟੀ ਉਹਨਾਂ ਦੀ ਸੇਵਾ ਕਰ ਸਕੀਏ ਤਾਂ ਕਿ ਉਹ ਸਾਡੇ ਲਈ ਇੰਨਾ ਕੁਛ ਕਰ ਰਹੇ ਆ। ਆਪਣੀ ਜਾਨ ਤੱਕ ਉਹਨਾਂ ਨੇ ਉੱਥੇ ਬਾਰਡਰ 'ਤੇ ਲਾਈ ਹੋਈ ਹੈ ਅਤੇ ਅਸੀਂ ਇਹ ਤਾਂ ਨਹੀਂ ਕਰ ਸਕਦੇ, ਚਲੋ ਅਸੀਂ ਉਹਨਾਂ ਦੀ ਇਹ ਸੇਵਾ ਤਾਂ ਕਰ ਸਕਦੇ ਵੀ 1-2 ਦਿਨ ਅਸੀਂ ਉਹਨਾਂ ਨੂੰ ਫ੍ਰੀ ਗੱਡੀ ਉੱਥੇ ਆਰਮੀ ਕੈਂਟ ਤੱਕ ਪਹੁੰਚਾ ਸਕਦੇ ਹਾਂ। ਅਤੇ ਜੋ ਕੁਛ ਵੀ ਹੈ ਸਾਡੇ ਕੋਲ ਹੋਰ ਤਾਂ ਕੁਛ ਹੈ ਨਹੀਂ ਜੀ, ਰੋਜ਼ੀ ਰੋਟੀ ਹੈਗੀ ਕੋਈ ਨਹੀਂ, ਅਗਰ 2 ਦਿਨ ਅਸੀਂ ਨਹੀਂ ਵੀ ਮਤਲਬ ਕੋਈ ਲੈ ਕੇ ਜਾਵਾਂਗੇ ਘਰੇ ਤਾਂ ਕੋਈ ਖਾਸ ਗੱਲ ਨਹੀਂ, ਸੁਣ ਲਓ ਕਿ ਉਹ ਤਾਂ ਪਰਮਾਤਮਾ ਨੇ ਜੋ 2 ਰੋਟੀਆਂ ਦੇਣੀਆਂ ਉਹ ਦੇ ਹੀ ਦੇਣੀਆਂ। ਅਸੀਂ ਜੀ ਇੱਦਾਂ ਹੈ ਕਿ ਘੱਟੋ ਘੱਟ ਵੀ ਅਸੀਂ 800-900 ਰੁਪਇਆ ਕਮਾ ਲੈਂਦੇ ਹਾਂ ਅਤੇ ਅਗਰ 2 ਦਿਨ ਅਸੀਂ ਨਹੀਂ ਕਮਾਵਾਂਗੇ ਕੋਈ ਖਾਸ ਫਰਕ ਨਹੀਂ ਹੈ, ਸੁਣ ਲਓ ਇਹੋ ਜਿਹੀ ਰੋਟੀ ਤੁਹਾਨੂੰ ਪਰਮਾਤਮਾ ਦੇਊਗਾ। ਲੇਕਿਨ ਅਸੀਂ ਸੇਵਾ ਕਰਨਾ ਚਾਹੁੰਦੇ ਹਾਂ ਸਾਡੇ ਦੇਸ਼ ਦੇ ਜਵਾਨ ਦੇ ਲਈ, ਅਸੀਂ ਉਹਨਾਂ ਦੇ ਨਾਲ ਹੈ, ਅਸੀਂ ਉਹਨਾਂ ਦੇ ਨਾਲ ਹੈ, ਅਸੀਂ ਹਿੰਦੁਸਤਾਨੀ ਹੈ, ਹਿੰਦੁਸਤਾਨ ਦੀ ਅਸੀਂ ਕਦਰ ਕਰਨਾ ਜਾਣਦੇ, ਅਗਰ ਉਹ ਬਾਰਡਰ 'ਤੇ ਖੜ੍ਹੇ ਤਾਂ ਅਸੀਂ ਉਹਨਾਂ ਦੇ ਪਿੱਛੇ ਹੀ ਖੜ੍ਹੇ ਹੈ। ਸਾਨੂੰ ਬਹੁਤ ਖੁਸ਼ੀ ਹੁੰਦੀ ਵੀ ਸਾਡੇ ਦੇਸ਼ ਦੇ ਜਵਾਨ ਹੈ, ਸਾਡੇ ਰਕਸ਼ਕ ਹੈ, ਅਤੇ ਸਾਨੂੰ ਇੰਨੀ ਖੁਸ਼ੀ ਮਿਲਦੀ ਹੈ ਕਿ ਵੀ ਇਹ ਖੜ੍ਹੇ ਹੈ ਤਾਂ ਅਸੀਂ ਮਤਲਬ ਕੀ ਹੈਗੇ, ਅਗਰ ਇਹ ਨਾ ਹੋਣ ਤਾਂ ਅਸੀਂ ਕਿੱਥੋਂ ਰਹਾਂਗੇ, ਸਾਡੀ ਸੇਫਟੀ ਵਾਸਤੇ ਉਹ ਖੜ੍ਹੇ ਹੈ ਅਤੇ ਅਸੀਂ ਉਹਨਾਂ ਦੀ ਸੇਫਟੀ ਦੇ ਲਈ ਕੁਛ ਤਾਂ ਸੇਵਾ ਕਰ ਸਕਦੇ ਹਾਂ। ਜਿਹੜੇ ਆਪਣੇ ਸ਼ਹੀਦ ਹੋਏ ਜਵਾਨ ਪਿੱਛੇ ਜੀ ਇੱਕ ਪੁਲ ਵਾਲੇ ਕਾਂਡ 'ਚ, ਉਹਨਾਂ ਵਾਸਤੇ ਮੈਂ ਦਿਲੋਂ ਸੇਵਾ ਕਰਨਾ ਚਾਹੁੰਦਾ ਸੀ। ਮੇਰੇ ਕੋਲ ਹੋਰ ਤਾਂ ਕੁਛ ਵੀ ਨਹੀਂ ਹੈ, ਪਰ ਮੈਂ ਆਪਣਾ ਆਟੋ ਉਹਨਾਂ ਵਾਸਤੇ ਫ੍ਰੀ ਲਗਾਇਆ ਜੀ ਕਿ ਮੈਂ ਉਹਨਾਂ ਦੀ ਵੱਧ ਤੋਂ ਵੱਧ ਸੇਵਾ ਕਰ ਸਕਾਂ। ਮੈਂ ਆਪਣੇ ਦੇਸ਼ ਵਾਸਤੇ ਚੜ ਬੜ ਕੇ ਕੁਛ ਕਰਨਾ ਚਾਹੁੰਦਾ, ਪਰ ਮੇਰੇ ਹਾਲਾਤ ਬਹੁਤ ਕਮਜ਼ੋਰ ਹੈਗੇ, ਪਰ ਮੇਰੇ ਕੋਲ ਜੋ ਕੁਛ ਹੈ ਮੈਂ ਉਹਦੇ ਨਾਲ ਹੀ ਉਹਨਾਂ ਦੀ ਸੇਵਾ ਕਰਨ ਦੇ ਅੰਦਰ ਸੰਯੋਗ ਰੱਖਦਾ ਹਾਂ। ਅੱਜ ਦਿਹਾੜੀ ਦਾ ਸਾਨੂੰ 800-900 ਹਜ਼ਾਰ ਰੁਪਇਆ ਵੀ ਬਣ ਜਾਂਦਾ ਹੈਗਾ, ਅਤੇ ਅਸੀਂ 2 ਦਿਨ ਇਹ ਕਮਾਈ ਆਪਦੀ ਰੋਕ ਕੇ ਆਪਦੇ ਦੇਸ਼ ਵਾਸਤੇ ਕੁਛ ਕਰਨਾ ਚਾਹੁੰਦੇ ਹੈਗੇ ਤਾਂ ਸਾਨੂੰ ਕਰਨਾ ਚਾਹੀਦਾ ਹੈ। ਮੈਂ ਇਹ ਕਹੂੰਗਾ ਕਿ ਮੈਨੂੰ ਹੀ ਨਹੀਂ ਸਭੀ ਆਟੋ ਵਾਲੇ ਨੂੰ ਇਹ ਕੰਮ ਜ਼ਰੂਰ ਕਰਨਾ ਚਾਹੀਦਾ ਦੇਸ਼ ਵਾਸਤੇ।